ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਸ ਗੱਲ ਨੂੰ ਕਲੀਅਰ ਕਰਨਾ ਹੈ ਜਿਹਦੇ ਉੱਤੇ ਹੁਣ ਤੱਕ ਦੇ ਸਭ ਤੋਂ ਜ਼ਿਆਦੇ ਸਵਾਲ ਆਪਾਂ ਨੂੰ ਪੁੱਛੇ ਜਾ ਚੁੱਕੇ ਨੇ ਜਿੰਨੇ ਵੀ ਕਣਕ ਬੀਜਣ ਵਾਲੇ ਜ਼ਿਮੀਂਦਾਰ ਨੇ ਉਹਨਾਂ ਦੇ ਵਿੱਚੋਂ ਬਹੁਤਾਂਤ ਗਿਣਤੀ ਜਿਹੜੇ ਕਿਸਾਨ ਨੇ ਉਹਨਾਂ ਦਾ ਅਕਸਰ ਆਪਾਂ ਨੂੰ ਇਹ ਸਵਾਲ ਜਿਹੜਾ ਵੇਖਣ ਨੂੰ ਮਿਲ ਜਾਂਦਾ ਹੈ ਕਿ ਸਾਡੀ ਕਣਕ ਨੇ ਫੁੱਟ ਜਿਹੜੀ ਉਹਦੀ ਉਨੀ ਵਧੀਆ ਨਹੀਂ ਹੋਣ ਢਈ ਫੁੱਟ ਰੁਕ ਗਈ ਏ ਕਣਕ ਪੀਲੀ ਹੋ ਗਈ ਏ ਜਾਂ ਕਿਸੇ ਵੀ ਕਾਰਨ ਤਿੱਲੀ ਤਿੱਲੀ ਖਲੋਤੀ ਏ 20 ਘਟ ਪੈ ਗਿਆ ਸੀ ਡੀਏਪੀ ਨਹੀਂ ਪਈ ਜਾਂ ਵਿਰਲੀ ਹੋ ਗਈ ਏ ਜਾਂ ਕਾਰਨ ਚਾਹੇ ਕੋਈ ਵੀ ਏ ਜੇਕਰ ਤੁਹਾਡੀ ਕਣਕ ਕਮਜ਼ੋਰ ਹੈ ਤੁਸੀਂ ਉਹਦੇ ਵਿੱਚ ਕਈ ਕੋਜੀ ਪਾ ਕੇ ਪਾ ਪਾ ਕੇ ਵੇਖ ਚੁੱਕੇ ਉਹਦਾ ਵੀਡੀਓ ਜਿਹੜੀ ਬਿਲਕੁਲ ਧਿਆਨ ਦੇ ਨਾਲ ਵੇਖਿਓ ਜੀ ਤੁਹਾਡੇ ਕਰਕੇ ਬਣਾਈ ਗਈ ਹੈ ਤਾਂ ਇਹਦੇ ਵਿੱਚ ਤੁਹਾਡਾ ਮਸਲਾ ਜਿਹੜਾ ਬਿਲਕੁਲ 100% ਹੱਲ ਹੋਵੇਗਾ ਐਵੇਂ ਮਾਰਕੀਟ ਦੇ ਵਿੱਚ ਤੁਸੀਂ ਬਿਲਕੁਲ ਨਹੀਂ ਜਾਣਾ ਕੋਈ ਤੁਹਾਨੂੰ ਸਮਾਨ ਪਾਉਣ ਦੀ ਲੋੜ ਨਹੀਂਗੀ ਬਿਨਾ ਕੁਝ ਪਾਏ ਕਣਕ ਦੇ ਵਿੱਚ ਤੁਹਾਡੀ ਕਣਕ ਜਿਹੜੀ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਵਧੀਆ ਵੇਖਣ ਨੂੰ ਮਿਲ ਜਾਊਗੀ ਉਹਦਾ ਫਟਾਰਾ ਜਿਹੜਾ ਦੁਬਾਰੇ ਤੋਂ ਚੱਲ ਪਊਗਾ ਅਸਲ ਦੇ ਵਿੱਚ ਕਣਕ ਬੀਜਣ ਤੋਂ ਬਾਅਦ ਦੇ ਵਿੱਚ ਜਾਂ ਝੋਨੇ ਦੇ ਵਿੱਚ ਵੀ ਬਿਲਕੁਲੇ ਸੇਮ ਚੀਜ਼ ਹੀ ਹੁੰਦੀ ਹੈ ਕਿ ਜਦੋਂ ਆਪਾਂ ਬਜਾਈ ਕਰ ਦਿੰਦੇ ਪਹਿਲੇ ਪਾਣੀ ਦੇ ਲਾਗੇ ਬੰਨੇ ਜਾ ਕੇ ਕਣਕ ਦੇ ਵਿੱਚ ਆਪਾਂ ਚਾਹੁੰਦੇ ਆ ਕਿ ਇਹਦਾ ਤੁਰੰਤ ਫਟਾਰਾ ਹੋ ਜਾਵੇ ਇਹਦੀ ਜਿੰਨੀ ਫੋਡ ਹੋਣੀ ਹੈ ਬਸ ਸਾਨੂੰ 10 ਦਿਨਾਂ ਦੇ ਅੰਦਰ ਅੰਦਰ ਹੀ ਦੇਖਣ ਨੂੰ ਮਿਲ ਜਾਵੇ ਜਿਹਦੇ ਕਾਰਨ ਜਿਹਨੂੰ ਵਧਾਉਣ ਦੇ ਵਾਸਤੇ ਫੋਡ ਨੂੰ ਬਹੁਤ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਪ੍ਰੋਡਕਟ ਆਉਂਦੇ ਨੇ ਪਰ ਉਹਨਾਂ ਨੂੰ ਆਪਾਂ ਬਿਲਕੁਲ ਨਹੀਂ ਜਾਣਦੇ ਨਾ ਆਪਾਂ ਉਹਨਾਂ ਦਾ ਪੀਐਚ ਲੈਵਲ ਪੜਦੇ ਆ ਕਿ ਇਹ ਜ਼ਮੀਨ ਦੇ ਵਿੱਚ ਕਿੰਨੀ ਪੀਐਚ ਲੈਵਲ ਤੇ ਕੰਮ ਕਰਦੇ ਨੇ ਨਾ ਆਪਾਂ ਉਹਨਾਂ ਦਾ ਪੀਐਚ ਲੈਵਲ ਵੇਨੇ ਆ ਕਿ ਇਹ ਜ਼ਮੀਨ ਸਾਡੀ ਦਾ ਪੀਐਚ ਲੈਵਲ ਕਿੰਨਾ ਜ਼ਿਆਦਾ ਵਧਾ ਸਕਦੇ ਨੇ ਜਾਂ ਕਟਾ ਸਕਦੇ ਨੇ ਜਾਂ ਸਾਡੀ ਜ਼ਮੀਨ ਦੇ ਵਿੱਚ ਕੀ ਇਹ ਕੰਮ ਕਰਨਗੇ ਵੀ ਜਾਂ ਨਹੀਂ ਕਰਨਗੇ ਆਪਾਂ ਇਹਨਾਂ ਚੀਜ਼ਾਂ ਨੂੰ ਵੇਖਣ ਤੋਂ ਬਿਨਾ ਜਦੋਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਆਪਾਂ ਵਰਤੋਂ ਕਰਦੇ ਹਾਂ ਤਾਂ ਆਪਾਂ ਆਪੇ ਆਪਣੇ ਪੈਰਾਂ ਦੇ ਉੱਤੇ ਕਵਾੜਾ ਮਾਰ ਬੈਨਿਆ ਜਿਹੜੀ ਚੀਜ਼ ਨੇ ਤੁਹਾਡੀ ਕਣਕ ਦਾ ਫਟਾਰਾ ਕਰਵਾਉਣਾ ਸੀ ਹੋ ਸਕਦਾ ਹੈ ਤੁਹਾਡੀ ਜ਼ਮੀਨ ਦੀ ਸਿਹਤ ਵਿਗਾੜ ਕੇ ਉਹ ਬਾਕੀ ਚੀਜ਼ਾਂ ਨੂੰ ਵੀ ਲੋਕ ਕਰ ਦਵੇ ਤੇ ਤੁਹਾਡੀ ਕਣਕ ਜਿਹੜੀ ਹੈ ਬਿਲਕੁਲ ਉੱਥੇ ਅੜ ਜਾਵੇ ਕਣਕ ਦੀ ਫੋਟ ਰੁਕਣ ਦੇ ਪਿੱਛੇ ਤਿੰਨ ਤਰ੍ਹਾਂ ਦੀਆਂ ਜ਼ਿਆਦਾਤਰ ਜਿਹੜੀਆਂ પરિਸਥਿਤੀਆਂ ਬਣ ਜਾਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਬਹੁਤ ਸਾਰੇ ਸਾਲਾਂ ਤੋਂ ਲਗਭਗ ਦੇਖਦੇ ਆਉਣ ਦੇ ਆ ਸਭ ਤੋਂ ਪਹਿਲੇ ਨੰਬਰ ਤੇ ਜੇਕਰ ਤੁਹਾਡੀ ਕਣਕ ਦੀ ਬਜਾਈ ਸਮੇਂ ਫਾਸਪੋਰਸ ਤੁਸੀਂ ਪੂਰੇ ਤਰੀਕੇ ਦੇ ਨਾਲ ਉਹਦਾ ਪ੍ਰਬੰਧ ਨਹੀਂ ਕੀਤਾ ਤੁਹਾਨੂੰ ਡੀਪੀ ਨਹੀਂ ਮਿਲੀ ਜਾਂ ਡੁਪਲੀਕੇਟ ਮਿਲ ਗਈ ਤਾਂ ਉਹ ਕਾਰਨ ਇੱਕ ਬਣ ਜਾਂਦਾ ਹੈ ਦੂਸਰੇ ਨੰਬਰ ਤੇ ਜੇਕਰ ਠੰਡ ਘੱਟ ਪੈਂਦੀ ਹੈ ਦਸੰਬਰ ਦੇ ਵਿੱਚ ਤਾਂ ਇਹ ਵੀ ਇੱਕ ਆਪਣਾ ਵੱਡਾ ਕਾਰਨ ਬਣ ਜਾਂਦਾ ਹੈ ਤੇ ਤੀਸਰੇ ਨੰਬਰ ਤੇ ਜ਼ਮੀਨਾਂ ਦੀ ਸਿਹਤ ਜ਼ਮੀਨਾਂ ਦਾ ਪੀਐਚ ਲੈਵਲ ਪਾਣੀ ਦਾ ਘੱਟ ਵੱਧ ਲੱਗ ਜਾਣਾ ਜਾਂ ਇਹ ਜੜੀਆਂ ਚੀਜ਼ਾਂ ਨੇ ਜਾਂ ਹੋਰ ਕਈ ਤਰ੍ਹਾਂ ਦੇ ਆਪਾਂ ਸਪਰੇਅ ਕਰਦੇ ਆ ਨਦੀਨ ਨਾਸ਼ਕ ਉਹਨਾਂ ਦੇ ਕਾਰਨ ਵੀ ਕਣਕ ਜੜੀ ਕਈ ਵਾਰੀ ਉਹ ਰੁਕ ਜਾਂਦੀ ਏ ਵੇਖੋ ਸਭ ਤੋਂ ਪਹਿਲੇ ਨੰਬਰ ਤੇ ਤੁਹਾਡੀ ਜ਼ਮੀਨ ਦੇ ਵਿੱਚ ਟਨਾਂ ਦੇ ਟਨ ਬਹੁਤ ਸਾਰੇ ਤੱਤ ਵਾਧੂ ਮਾਤਰਾ ਦੇ ਵਿੱਚ ਪਏ ਨੇ ਬਹੁਤ ਘੱਟ ਹੀ ਜ਼ਮੀਨਾਂ ਨੇ ਹਾਲੇ ਪੰਜਾਬ ਦੇ ਵਿੱਚ ਜਿਹੜੀਆਂ ਬਿਲਕੁਲ ਚੂਸੀਆਂ ਜਾ ਚੁੱਕੀਆਂ ਨੇ ਹਾਲੇ ਵੀ ਜ਼ਮੀਨਾਂ ਦੇ ਵਿੱਚ ਬਹੁਤ ਸਾਰੇ ਤੱਤ ਅਵੇਲੇਬਲ ਹੈਗੇ ਨੇ ਤਾਂ ਜਿਹੜੇ ਤੁਸੀਂ ਪੈਗਡ ਲਿਆ ਕੇ ਪਾਉਂਦੇ ਹੋ ਉਹਨਾਂ ਦੇ ਵਿੱਚ ਅੱਧਾ ਅੱਧਾ ਪਰਸੈਂਟ ਜਿਹੜੇ ਤੱਤ ਹੁੰਦੇ ਨੇ ਉਹਨਾਂ ਕੁ ਪਾਉਣ ਦੇ ਨਾਲ ਆਪਾਂ ਨੂੰ ਕੋਈ ਵੀ ਲਾਭ ਨਹੀਂਗਾ ਉਹਨਾਂ ਨੂੰ ਤਾਂ ਆਪਾਂ ਬਿਲਕੁਲ ਜ਼ਮੀਨ ਦੇ ਵਿੱਚ ਵਾੜਨ ਤੋਂ ਗੁਰੇਜ਼ ਹੀ ਕਰਨਾ ਹੈ ਸਭ ਤੋਂ ਪਹਿਲੇ ਨੰਬਰ ਤੇ ਤਾਂ ਜਿੰਨਾਂ ਜ਼ਮੀਨਾਂ ਦੇ ਵਿੱਚ ਡੀਪੀ ਤੁਹਾਡੇ ਕੋਲੋਂ ਨਹੀਂ ਪਾਈ ਗਈ ਜਾਂ ਡੀ ਤੁਹਾਨੂੰ ਲੱਗਦਾ ਹੈ ਕਿ ਡੁਪਲੀਕੇਟ ਮਿਲ ਗਈ ਸੀ ਉਹਦੇ ਕਾਰਨ ਕਣਕ ਦੇ ਵਿੱਚ ਪੀਲਾਪਣ ਵੇਖਣ ਨੂੰ ਮਿਲਦਾ ਹੈ ਜਾਂ ਪੱਤੇ ਲਾਲ ਹੁੰਦੇ ਨੇ ਤਾਂ ਤੁਰੰਤ ਉਸ ਕਣਕ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ 2 ਕਿਲੋ ਡੀਪੀ 2 ਕਿਲੋ ਯੂਰੀਆ ਪਲੱਸ ਇਹਦੇ ਨਾਲ ਤੁਸੀਂ 250 ਗ੍ਰਾਮ ਚਲੇਟਡ ਜ਼ਿੰਕ ਜਿਹੜੀ ਇਹਨਾਂ ਤਿੰਨਾਂ ਚੀਜ਼ਾਂ ਦੀ ਸਪਰੇਅਰ ਲਾ ਕੇ ਕਰ ਦੇਣੀ ਹੈ ਤਾਂ ਉਹਦਾ ਤੁਹਾਡਾ ਮਸਲਾ ਜਿਹੜਾ ਹੱਲ ਹੋ ਜਾਊਗਾ ਕੋਈ ਬਹੁਤੀ ਵੱਡੀ ਗੱਲ ਨਹੀਂ ਗਈ ਇਹਦੇ ਤੋਂ ਬਾਅਦ ਵਿੱਚ ਜਿਹੜੀ ਦੂਸਰੇ ਨੰਬਰ ਤੇ ਜਿਹੜੀਆਂ ਸਥਿਤੀਆਂ ਬਣਦੀਆਂ ਨੇ ਜਿਹੜੀਆਂ ਕਣਕਾਂ ਪੀਲੀਆਂ ਹੋ ਗਈਆਂ ਨੇ ਪਾਣੀ ਜ਼ਿਆਦਾ ਲੱਗਣ ਦੇ ਕਾਰਨ ਜਾਂ ਫਿਰ ਯੂਰੀਆ ਜਿੰਨਾ ਕਣਕਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਮਿਲੀ ਤੁਸੀਂ ਪਾਈ ਤਾਂ ਹੈਗੀ ਇਹ ਜੂਰੀਆ ਮੈਨੂੰ ਪਤਾ ਹੈ ਤੁਸੀਂ ਦੋ ਦੋ ਤੋੜੇ ਹੋ ਸਕਦਾ ਪਾ ਦਿੱਤੇ ਹੋਣੇ ਅੱਜ ਦਾ ਬਹੁਤ ਸਾਰੇ ਜ਼ਿਮੀਦਾਰ ਨੇ ਜਿਨ੍ਹਾਂ ਨੇ ਤਿੰਨ ਤਿੰਨ ਵੀ ਪਾ ਦਿੰਦੇ ਨੇ ਚਾਰ ਚਾਰ ਤੋੜੇ ਵੀ ਆਪਾਂ ਕਣਕ ਦੇ ਵਿੱਚ ਪਾ ਦਿੰਨੇ ਆ ਪਰ ਉਹ ਜਿਹੜੀ ਤੁਹਾਡੀ ਜੂਰੀਆ ਏ ਉਹ ਕਣਕ ਨੂੰ ਨਹੀਂ ਮਿਲੀ ਕਣਕ ਨੂੰ ਨਾ ਮਿਲ ਕੇ ਉਹ ਜਾਂ ਤੇ ਲੀਚ ਡਾਊਨ ਹੋ ਗਈ ਏ ਜ਼ਮੀਨ ਦੇ ਵਿੱਚ ਜਾਂ ਫਿਰ ਵਾਸ਼ਪੀਤ ਹੋ ਗਈ ਏ ਜਿਹਦੇ ਕਾਰਨ ਨਾਈਟ੍ਰੋਜਨ ਦੀ ਜਿਹੜੀ ਕਾਰਡ ਹੈ ਸਭ ਤੋਂ ਵੱਡੀ ਕਾਰਡ ਹੁੰਦੀ ਏ ਕਿਸੇ ਵੀ ਫਸਲ ਦੇ ਵਿੱਚ ਕਿਸੇ ਮਨੁੱਖ ਦੇ ਵਿੱਚ ਕਿਸੇ ਜਾਨਵਰ ਦੇ ਵਿੱਚ ਜੇਕਰ ਯੂਰੀਆ ਦੀ ਕਮੀ ਆਉਂਦੀ ਹੈ ਤਾਂ ਇਹ ਸਭ ਤੋਂ ਇੱਕ ਬੇਸਿਕ ਜੀ ਚੀਜ਼ ਹੁੰਦੀ ਹੈ ਇਹਦੇ ਤੋਂ ਬਾਅਦ ਦੇ ਵਿੱਚ ਫਿਰ ਬਾਕੀ ਜੜੀਆਂ ਚੀਜ਼ਾਂ ਨੇ ਉਹ ਸਭ ਲੌਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਜਿਹੜੀਆਂ ਜੜੀਆਂ ਕਣਕਾਂ ਵੀ ਪੀਲੀਆਂ ਤੁਹਾਨੂੰ ਦਿਖਾਈ ਦਿੰਦੀਆਂ ਨੇ ਜਿਨ੍ਹਾਂ ਦਾ ਤੁਸੀਂ ਤੁਹਾਨੂੰ ਰੰਗ ਚੰਗਾ ਵੇਖਣ ਨੂੰ ਨਹੀਂ ਮਿਲਦਾ ਜਾਂ ਜਿਹੜੀਆਂ ਕਣਕਾਂ ਤੀਲੀ-ਤੀਲੀ ਖਲੋਦੀਆਂ ਨੇ ਫਡਾਰਾ ਵਧੀਆ ਨਹੀਂ ਕਰਦੀਆਂ ਉਹਨਾਂ ਦੇ ਵਿੱਚ ਤੁਸੀਂ 1.5 ਕਿਲੋ ਮੈਗਨੀਸ਼ੀਅਮ ਸਲਫੇਟ 2 ਕਿਲੋ ਬਰੀਕ ਯੂਰੀਆ ਇਹਨਾਂ ਦੋਵਾਂ ਚੀਜ਼ਾਂ ਨੂੰ ਮਿਕਸ ਕਰਕੇ ਇਹਨਾਂ ਦੀ ਸਪਰੇ ਜਿਹੜੀ ਆ ਸਵੇਰ ਦੇ ਸਮੇਂ ਕਣਕ ਦੇ ਵਿੱਚ ਕਰ ਦੇਣੀ ਹੈ 2-3 ਦਿਨਾਂ ਦੇ ਅੰਦਰ-ਅੰਦਰ ਤੁਹਾਨੂੰ ਤੁਹਾਡੀ ਕਣਕ ਦਾ ਰੰਗ ਜਿਹੜਾ ਉਹ ਬਦਲਿਆ ਨਜ਼ਰ ਆ ਜਾਊਗਾ ਜੇਕਰ ਜਿਆਦਾ ਹੀ ਪੀਲਾ ਬਣ ਕਿਸੇ ਕਣਕ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਤਾਂ ਆਮ ਕਣਕਾਂ ਦੇ ਮੁਕਾਬਲੇ ਉਦੋਂ ਆਪਾਂ ਨੂੰ ਅੱਧੇ ਤੋਂ ਪੌਣਾ ਬੈਗ ਜਿਹੜਾ ਪੌਣਾ ਥੋੜਾ ਜ਼ੂਰੀਆ ਦਾ ਆਪਾਂ ਨੂੰ ਵੱਧ ਪਾਉਣਾ ਪੈ ਸਕਦਾ ਹੈ ਉਸ ਕਣਕ ਦੇ ਵਿੱਚ ਤਾਂ ਉਹਦੇ ਵਿੱਚ ਤੁਸੀਂ ਜ਼ੂਰੀਆ ਜਿਹੜੀ ਦੇਣੀ ਹੈ ਉਹ ਬਿਲਕੁਲ ਛੇਤੀ ਤੁਰੰਤ ਉਹਦੇ ਵਿੱਚ ਜਿਆਦਾ ਮਾਤਰਾ ਦੇ ਵਿੱਚ ਆਪਾਂ ਨਹੀਂ ਪਾਉਣੀ ਥੋੜੀ-ਥੋੜੀ ਮਾਤਰਾ ਦੇ ਵਿੱਚ ਲੈ ਕੇ ਆਪਾਂ ਥੋੜੇ ਥੋੜੇ ਇਹ ਦਿਨਾਂ ਦੇ ਵਕਬੇ ਦੇ ਨਾਲ ਉਹਦੇ ਵਿੱਚ ਸਿਟਾ ਦਿੰਦੇ ਰਹਿਣਾ ਹੈ ਹਰ 5 ਦਿਨ ਤੇ ਜਕਰ ਕਿਲੇ ਦੇ ਵਿੱਚ 15 20 ਕਿਲੋ ਯੂਰੀਆ ਦਾ ਤੁਸੀਂ ਛੱਟਾ ਦੋਗੇ ਜਿਹੜੀ ਕਣਕ ਬਿਲਕੁਲ ਪੀਲੀ ਹੋ ਚੁੱਕੀ ਹੈ ਤਾਂ ਉਸ ਕਣਕ ਨੇ ਦਿਨੋਂ ਦਿਨ ਜਿਹੜਾ ਉਹਦਾ ਰੰਗ ਹੈ ਤੁਹਾਨੂੰ ਬਦਲਦਾ ਨਜ਼ਰ ਆ ਜਾਊਗਾ ਜੇਕਰ ਤੁਹਾਡੀ ਕਣਕ ਕਿਸੇ ਨਦੀਨ ਨਾਸ਼ਕ ਦੇ ਨਾਲ ਸੜੀਏ ਕਿਸੇ ਵੀ ਕੋਈ ਵੀ ਸਪਰੇਅ ਤੁਸੀਂ ਹਰਬੀਸਾਈਡ ਕੀਤੀ ਹੈ ਉਹਦੇ ਨਾਲ ਉਤੋਂ ਪੱਤੇ ਸੜ ਗਏ ਨੇ ਤਾਂ ਉੱਥੇ ਤੁਸੀਂ ਦੁਬਾਰੇ ਯੂਰੀਆ ਦੀ ਸਪਰੇਅ ਉਸ ਕਿਲੇ ਦੇ ਵਿੱਚ ਨਹੀਂ ਕਰਨੀ ਨਹੀਂ ਤਾਂ ਜਿਆਦੇ ਤੁਹਾਡੀ ਕਣਕ ਦੇ ਪੱਤੇ ਜਿਹੜੇ ਸੜਨਗੇ ਯੂਰੀਆ ਤੁਸੀਂ ਜ਼ਰੂਰ ਪਾ ਸਕਦੇ ਜੇ ਪਰ ਉਸ ਕਿਲੇ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਕਦੇ ਵੀ ਆਪਾਂ ਯੂਰੀਆ ਦੀ ਸਪਰੇ ਜਿਹੜੀ ਆ ਉਹ ਨਹੀਂ ਕਰਨੀ ਇਹ ਜੇਕਰ ਤੁਸੀਂ ਮੈਗਨੀਸ਼ੀਅਮ ਸਲਫੇਟ ਪਲੱਸ ਯੂਰੀਆ ਦੀ ਸਪਰੇ ਕਰੋਗੇ ਤਾਂ ਇੱਕ ਕਿੱਲੇ ਦੇ ਵਿੱਚ ਆਪਣਾ 42 ਰੁਪਏ ਖਰਚਾ ਆਊਗਾ 42 ਰੁਪਈਆ ਦੇ ਨਾਲ ਤੁਸੀਂ ਆਪਣੀ ਕਣਕ ਜਿਹੜੀ ਆ ਬਿਲਕੁਲ ਠੀਕ ਕਰ ਸਕਦੇ ਜੀ ਤੇ ਜੇਕਰ ਤੁਸੀਂ ਡੀਏਪੀ ਯੂਰੀਆ ਜ਼ਿੰਕ ਵਾਲੀ ਸਪਰੇ ਕਰੋਗੇ ਤਾਂ 80 ਤੋਂ 85 ਰੁਪਏ ਪ੍ਰਤੀ ਕਿੱਲੇ ਦੇ हिसाब ਦੇ ਨਾਲ ਤੁਹਾਡਾ ਉਹ ਵੀ ਜਿਹੜਾ ਖਰਚਾ ਤੁਹਾਨੂੰ ਆ ਜਾਊਗਾ ਉਹਦੇ ਨਾਲ ਵੀ ਤੁਹਾਨੂੰ ਰਿਜ਼ਲਟ ਜਿਹੜਾ ਆ ਵੇਖਣ ਨੂੰ ਵਧੀਆ ਮਿਲ ਜਾਣਗੀ ਕੋਈ ਬਿਨਾ ਜ਼ਿਆਦਾ ਖਰਚਾ ਕੀਤੇ ਕੋਈ ਤੁਹਾਨੂੰ 4-500 ਰੁਪਏ ਦੀ ਕੋਈ ਵੀ ਚੀਜ਼ ਥੱਲੇ ਪਾਉਣ ਦੀ ਲੋੜ ਨਹੀਂਗੀ ਜੇਕਰ ਇਹ ਹਾਲਾਤ ਤੁਹਾਨੂੰ ਕਣਕ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਤਾਂ ਬਹੁਤ ਥੋੜੇ ਦਿਨਾਂ ਦੇ ਵਿੱਚ ਤੁਹਾਡੀ ਕਣਕ ਜਿਹੜੀ ਹੈ ਦੁਬਾਰੀ ਤੋਂ ਉਹਦਾ ਫਟਾਰਾ ਚਾਲੂ ਹੋ ਜਾਊਗਾ ਜੇ ਪੀਲਾ ਪਾਣੀ ਤਾਂ ਉਹ ਵੀ ਦੂਰ ਹੋ ਜਾਊਗਾ ਜੇਕਰ ਕਿਸੇ ਤੱਤ ਦੀ ਕਮੀ ਹੈ ਜਾਂ ਪੀਐਚ ਲੈਵਲ ਹਾਈ ਹੈ ਜਾਂ ਕਲੋਰੋਫਿਲ ਨਹੀਂ ਬਣਦੀ ਜਾਂ ਧੁੰਦ ਤੁਹਾਡੇ ਇਲਾਕੇ ਦੇ ਵਿੱਚ ਜ਼ਿਆਦਾ ਪੈਂਦੀ ਹੈ ਜਾਂ ਕੋਈ ਵੀ ਕਾਰਨ ਹੈ ਉਹ ਜਿੰਨੇ ਵੀ ਹੱਲ ਨੇ ਇਦੜੀਆਂ ਦੋ ਸੁਪਰੀਆਂ ਨੇ ਤੁਹਾਡੇ ਮਸਲੀ ਜਿਹੜੇ ਇਹਨਾਂ ਨੂੰ ਹੱਲ ਕਰ ਸਕਦੀਆਂ ਨੇ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਤੁਸੀਂ ਵੀ ਛੜਨਾ ਨਹੀਂ ਗਏ ਨੂੰ ਬਿਲਕੁਲ ਆਪਣੇ ਯਾਰਾਂ ਦੋਸਤਾਂ ਦੇ ਨਾਲ ਬਣਾ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜੇ ਅੱਗੇ ਤੋਂ ਅੱਗੇ ਤੁਹਾਡਾ ਬਹੁਤ ਬਹੁਤ ਧੰਨਵਾਦ